8 ਦਾ ਧਰਨਾ ਜੋ ਅੱਜ ਲੱਗਿਆ ਗਾ ਪਹਾਰਾ ਚੌਂਕ ਚ। ਅਸੀਂ ਨਾ ਇੱਕ ਮਹੀਨਾ ਪਹਿਲਾਂ ਕਮੇਟੀ ਚ ਗਏ ਸੀ ਸਾਰੇ ਇਕੱਠੇ ਹੋ ਕੇ, ਸਾਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਸੀ। ਇੱਕ ਮਹੀਨੇ ਤੋਂ ਬਾਅਦ ਜਦੋਂ ਅਸੀਂ ਦੁਬਾਰਾ ਧਰਨਾ ਲਗਾਇਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ। ਕੋਈ ਮੰਨ ਲਓ ਸਾਡਾ ਸੀਵਰੇਜ ਦਾ ਉੱਥੇ ਨਿਕਾਸ ਨਹੀਂ ਹੋਇਆ, ਉਵੇਂ ਪਾਣੀ ਦਾ ਗਲੀਆਂ ਵਿੱਚ ਉਵੇਂ ਹੈ, ਬੁਰਾ ਹਾਲ ਹੈ। ਗੁਰੂ ਘਰ ਜਾਂਦੇ ਹਾਂ ਤਾਂ ਨਹੀਂ ਕੋਈ ਲੰਘਾ, ਸਕੂਲ ਵਿੱਚ ਬੱਚਿਆਂ ਨੂੰ ਜਾਣ ਦਾ ਬਹੁਤ ਦਿੱਕਤ ਹੈ। ਅਸੀਂ ਉਹ ਦੁਬਾਰਾ ਮਹੀਨੇ ਬਾਅਦ ਆਏ ਤਾਂ ਪ੍ਰਧਾਨ ਸਾਹਿਬ ਸਾਡੇ ਨਾਲ ਬੈਠੇ ਕਿ ਯਾਰ ਮੈਂ ਵੀ ਤੁਹਾਡੇ ਨਾਲ ਹੀ ਆ, ਸਾਡਾ ਵੀ ਇਕੱਠਾ ਹੱਲ ਹੋਊਗਾ। ਜੋ ਵੀ ਹੋਇਆ 10 ਦਿਨਾਂ ਦਾ ਟਾਈਮ ਦਿੱਤਾ ਸੀ 10 ਤਰੀਕ ਤੱਕ ਦਾ। ਉਸ ਤੋਂ ਬਾਅਦ ਕੀ ਹੋਇਆ ਜੀ, ਸਾਨੂੰ 10 ਤਰੀਕ ਦਾ ਸਮਾਂ ਦਿੱਤਾ ਸੀ, ਅਸੀਂ 12 ਤਰੀਕ ਨੂੰ ਅੱਜ ਆਏ ਕਮੇਟੀ ਚ ਤਾਂ ਉੱਥੇ ਤਾਨਾਸ਼ਾਹੀ ਹੋਈ ਹੈ, ਜੋ ਕਿ ਸਾਨੂੰ ਪ੍ਰਧਾਨ ਸਾਹਿਬ ਜੀ ਨੇ ਸਾਰਿਆਂ ਨੂੰ ਇਹ ਕਿਹਾ ਵੀ ਇਕੱਲੇ ਇਕੱਲੇ ਦੇ ਪਰਚਾ ਆਊਗਾ ਜੀ, ਕਮੇਟੀ ਚ ਜਾਣ ਤੋਂ ਰੋਕਿਆ ਗਿਆ। ਉਸ ਤੋਂ ਬਾਅਦ ਅਸੀਂ ਇੱਥੇ ਪਹਾਰਾ ਚੌਂਕ ਜਿਆਦਾ ਧਰਨਾ ਲਾਇਆ ਤੇ ਮੰਗ ਰੱਖੀ ਆ ਕਿ ਜਲਦੀ ਤੋਂ ਜਲਦੀ ਸਾਡਾ ਜੋ ਸੀਵਰੇਜ ਦੀ ਸਮੱਸਿਆ ਹੈ ਉਹਦਾ ਹੱਲ ਕੀਤਾ ਜਾਵੇ। ਬਾਕੀ ਸਾਨੂੰ ਜੀ ਨਗਰ ਕੌਂਸਲ ਦੇ ਵਿੱਚ ਜੀ ਪਰਚੇ ਹਰੇਕ ਬੰਦੇ ਤੇ ਪਰਚਾ ਪਾਉਣ ਦੀ ਧਮਕੀ ਵੀ ਦਿੱਤੀ ਗਈ ਹੈ ਜੀ, ਚੋਣੀ ਬੰਸਲ ਪ੍ਰਧਾਨ ਵੱਲੋਂ ਜੀ, ਕਮੇਟੀ ਵੱਲੋਂ ਜੀ, ਪ੍ਰਸ਼ਾਸਨ ਵੱਲੋਂ ਜੀ। ਬੇਨਤੀ ਦੇ ਤੌਰ ਤੇ ਗਏ ਸੀ ਅਸੀਂ, ਹਾਲਾਂਕਿ ਉਹਨਾਂ ਨੇ ਜੋ ਅਧਿਕਾਰੀ ਆ ਉਹਨਾਂ ਵੱਲੋਂ ਤਾਨਾਸ਼ਾਹੀ ਦਿਖਾਈ ਗਈ। ਨਾਲੇ ਅਸੀਂ ਬੈਠੇ ਸੀ ਧਰਨੇ ਵਾਸਤੇ, ਸਾਡਾ ਵੀ ਜੀ ਨਹੀਂ ਕਰਦਾ ਧਰਨਾ ਲਾਉਣ ਦਾ ਜੀ। ਦੇਖੋ ਜੀ, ਧਰਨਾ ਕੋਈ ਜੀ ਨੂੰ ਚਾਹ ਨੂੰ ਨੀ ਲਾਉਂਦਾ, ਕੋਈ ਕਿਸੇ ਦੇ ਖਾਤਰ ਨੀ ਲਾਉਂਦਾ, ਆਪਦੇ ਤੌਰ ਤੇ ਨੀ ਲਾਉਂਦਾ ਵੀ ਕੋਈ ਐ ਵੀ ਆਪਦੇ ਪਰਸਨਲ ਤੌਰ ਤੇ ਲਾ ਰਿਹਾ। ਸਭ ਦਾ ਸਾਡਾ ਸਾਰਿਆਂ ਦਾ ਹੱਲ ਬੱਚੇ ਦਾ।
ਕੋਈ ਬੱਚਾ ਸਕੂਲ ਨਹੀਂ ਜਾ ਸਕਦਾ, ਕੋਈ ਬੱਚਾ ਗੁਰੂ ਘਰ ਨਹੀਂ ਜਾ ਸਕਦਾ। ਜਿਹੜੇ 7 ਨੰਬਰ ਦਾ ਵਾਰਡ ਆ, 1 ਐਮਸੀ ਸਾਡੇ ਨਾਲ ਹੈਗੇ ਜੀ, ਬੈਠੇ ਆ ਮੌਜੂਦ ਆ ਜਿਹੜੇ, ਉਹਨਾਂ ਨੇ ਵੀ ਚਲੋ ਜੋ ਵੀ ਜਿੰਨੇ ਸਾਡੇ ਨਾਲ ਹੋਇਆ ਸਹਿਯੋਗ ਕੀਤਾ ਸੀ, ਉਹਨਾਂ ਉਹ ਨੁਮਿੰਦੇ ਉਹਨਾਂ ਨੂੰ ਚੁਣਿਆ ਸੀ, ਉਹ ਸਾਡੇ ਨਾਲ ਹੈ। 2 ਐਮਸੀ ਹੋਰ ਆ ਜੋ ਆਏ ਨੀ, ਨਾਲ ਪਹਿਲਾਂ ਵੀ ਧਰਨਾ ਲਾਇਆ ਉਦੋਂ ਵੀ ਨਹੀਂ ਆਏ ਜੀ ਉਹ, ਨਾ ਹੀ ਕੋਈ ਇਹ ਪਾਰਟੀਆਂ ਦੇ ਲੀਡਰ ਬੰਦੇ ਆਏ ਸਾਡਾ ਕੋਈ ਧਰਨਾ ਲਾਉਣੇ, ਅਸੀਂ ਅੱਕ ਕੇ ਧਰਨਾ ਲਾਇਆ ਜੀ ਸਾਰੇ ਕੰਮਾਂ ਕਰ ਵਾਲੇ। ਹਾਂਜੀ ਸਾਰੇ ਕੰਮਾਂ ਕਰ ਵਾਲੇ, ਆਪਦੀ ਦੁਕਾਨ ਤੋਂ ਕੰਮ ਛੱਡ ਕੇ ਫੇਰ ਬੈਠੇ ਆ ਅਸੀਂ। ਹੱਲ ਤਾਂ ਜੀ ਦੇਖੋ, ਜੇ ਕੋਈ ਅਧਿਕਾਰੀ ਆ ਕੇ ਸਾਡੇ ਨਾਲ ਕੋਈ ਗੱਲ ਕਰੂਗਾ, ਕੋਈ ਸਾਡਾ ਵੀ ਆਹ ਹੱਲ ਕਰ ਰਹੇ ਆ, ਫੇਰ ਹੱਲ ਤਾਂ ਅਸੀਂ ਤਾਂ ਡਟੇ ਪਏ ਆ ਜੀ, ਅਸੀਂ ਤਾਂ ਲੱਗੇ ਲਾਉਣੀ ਪੂਤ, ਸਾਨੂੰ ਤਾਂ ਅਜੇ ਕੋਈ ਹੱਲ ਨਹੀਂ ਦਿਸ ਰਿਹਾ ਜੀ। ਹਾਂ ਕੋਈ ਹੱਲ ਨਹੀਂ, ਜਦ ਤੱਕ ਕੋਈ ਆਇਆ ਨਹੀਂ ਕੱਲ ਨੂੰ ਅਸੀਂ ਹੋਰ ਇਕੱਠ ਕਰਾਂਗੇ ਇੱਥੇ ਵੱਡਾ, ਫੇਰ ਟੈਂਟ ਲਾਵਾਂਗੇ, ਧਰਨਾ ਲਾਵਾਂਗੇ, ਸਾਡਾ ਧਰਨਾ ਜਾਰੀ ਆ, ਜਿੰਨਾ ਚਿਰ ਕੋਈ ਹੱਲ ਨਹੀਂ ਹੁੰਦਾ ਸਾਡਾ ਧਰਨਾ ਜਾਰੀ ਰਹੂਗਾ। ਸਾਡੇ ਸਾਰਿਆਂ ਦੇ ਪਰਚੇ ਪਾਉਣ ਦੀ ਧਮਕੀ ਦਿੱਤੀ ਹੈ ਜੀ, ਮਤਲਬ ਸਾਰੇ ਅਸੀਂ ਤਾਂ ਦੇਖੋ ਜੀ ਸਾਰੇ 6-7-8 ਨੰਬਰ ਵਾਰਡ ਦੇ ਸਾਰੇ ਇਕੱਠੇ ਹੋ ਕੇ ਗਏ ਸੀ, ਜੋ ਸਾਰਿਆਂ ਨੂੰ ਬੋਲਣਾ ਤਾਂ ਸਾਰੇ ਹੈ ਜੀ, ਸਾਰੇ ਤਾਂ ਇੱਕ ਹੋ ਕੇ ਗਏ ਇਸ ਤਰ੍ਹਾਂ ਜੀ। ਹੁਣ ਜੇ ਇੱਕ ਜਣੇ ਨੂੰ ਮੂਹਰੇ ਕਰਾਂਗੇ ਸੀ ਉਹ ਥੋੜੀ ਹੋਊਗਾ ਕੰਮ, ਨਗਰ ਕੌਂਸਲ ਦੇ ਵਿੱਚ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਜੀ, ਪਰਚੇ ਪਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਜੀ, ਅਸੀਂ ਜਾਈਏ ਤਾਂ ਜਾਈਏ ਕਿੱਧਰ ਜੀ, ਐਮਸੀ ਚੁਣੇ ਆ ਜੀ, ਕੰਮਾਂ ਕਾਰਾਂ ਵਾਸਤੇ ਚੁਣੇ ਆ, ਕੋਈ ਸਾਡੀ ਨਿੱਜੀ ਮੰਗ ਨਹੀਂ ਹੈਗੀ। ਇੰਨਾ ਪਾਣੀ ਦਾ ਬੁਰਾ ਹਾਲ ਆ ਜੀ ਉੱਥੇ, ਇੰਨਾ ਬੁਰਾ ਹਾਲ ਹੋਵੇ ਕੋਈ ਬੱਚਾ ਗੁਰੂ ਘਰ ਨਹੀਂ ਜਾ ਸਕਦਾ, ਕੋਈ ਬੱਚਾ ਪੜ੍ਹ ਨਹੀਂ ਜਾ ਸਕਦਾ ਜੀ, ਮੋਟਰਸਾਈਕਲ ਲੈ ਕੇ ਗੱਡੀ ਲੈ ਕੇ ਬੱਚਿਆਂ ਨੂੰ ਬਾਹਰ ਕੱਢਣਾ ਪੈਂਦਾ ਤੇ ਐਂ ਲਿਆ, ਕੋਈ ਬੱਚਾ ਬਾਹਰ ਖੇਡ ਨਹੀਂ ਸਕਦਾ ਜੀ, ਪੂਰਾ ਫੁੱਲ ਬੁਰਾ ਹਾਲ ਹੋਇਆ ਜੀ ਪਾਣੀ ਦਾ ਹੋਇਆ ਪਿਆ ਜੀ। ਸਾਡੀ ਇੱਕੋ ਹੀ ਮੰਗ ਆ ਜੀ ਕਿ ਸਾਡੇ ਸੀਵਰੇਜ ਦਾ ਹੱਲ ਕੀਤਾ ਜਾਵੇ, ਹਾਲੇ ਤੱਕ ਜੀ ਨਾ ਕੋਈ ਪ੍ਰਧਾਨ ਆਇਆ ਜੀ ਇੱਥੇ, ਨਾ ਕੋਈ ਪ੍ਰਸ਼ਾਸਨ ਕੋਈ ਵੀ ਨਹੀਂ ਆਇਆ ਜੀ, ਕੋਈ ਸਾਡੀ ਵਾਲੀ ਸੁਣਵਾਈ ਨਹੀਂ ਹੈਗੀ ਜੀ, ਨਹੀਂ ਸਾਡਾ ਜੀ ਨਹੀਂ ਕਰਦਾ ਧਰਨੇ ਲਾਉਣ ਦਾ ਜੀ, ਸਾਡਾ ਬੁਰਾ ਹਾਲ ਹੋਵੇ ਪਾਣੀ ਦਾ ਜੀ, 6-7 ਨੰਬਰ 8 ਵਾਰਡ ਦਾ ਰੌਲਾ ਜੀ, 2503,000 ਵੋਟ ਆ ਜੀ, ਅਸੀਂ ਫੇਰ ਧਰਨਾ ਲਾਵਾਂਗੇ, ਸਾਡਾ ਧਰਨਾ ਜਾਰੀ ਆ ਜੀ, ਅਸੀਂ ਕੱਲ੍ਹ ਹੋਰ ਇਕੱਠ ਕਰਾਂਗੇ, ਵੱਡਾ ਧਰਨਾ ਇੱਥੇ ਲਾਵਾਂਗੇ, ਟੈਂਟ ਲਾ ਕੇ ਧਰਨਾ ਲਾਵਾਂਗੇ, ਜਿੰਨੇ ਚਿਰ ਸਾਡੀ ਮੰਗ ਪਾਣੀ ਦੀ ਪੂਰੀ ਨਹੀਂ ਹੁੰਦੀ ਜੀ, ਸੀਵਰ ਦਾ ਹੱਲ ਨਹੀਂ ਹੁੰਦਾ ਸਾਡਾ। ਅੱਛਾ ਇੱਕ ਵੱਡੀ ਇੱਕ ਹੋਰ ਆ ਗੱਲ ਜੀ ਨੋਟ ਕਰਨ ਵਾਲੀ ਹੈ, ਜਿਹੜੀ ਵੀ ਜਿਹੜੀ ਆਪਣੀ ਨਾ ਸੀਵਰੇਜ ਪਾਇਆ ਸੀ ਜਦੋਂ, ਇੱਥੇ ਨਾ ਇੱਕ ਵਾਟਰ ਸਪਲਾਈ ਦੀ ਪਾਈਪ ਪਾਈ ਵੀ ਆ, ਘੱਟੋ ਘੱਟ ਉਹ ਮੇਰੀ ਉਮਰ ਮੇਰੇ ਜੰਮਣ ਤੋਂ ਵੀ ਪਹਿਲਾਂ ਦੀ ਪਾਈ ਵੀ ਆ, ਹਾਂ ਉਹ ਪਾਣੀ ਨਾਲ ਵੀ ਮਿਕਸ ਪਾਣੀ, ਉਹ ਨਾ ਪਾਣੀ ਵੀ ਸਾਫ ਨਹੀਂ ਆਉਂਦਾ, ਉਹ ਪਾਈਪ ਲੀਕੇਜ ਹੋਈ ਜਾਂਦੀ ਹੈ, ਥਾਂ ਥਾਂ ਤੇ ਲੀਕੇਜ ਹੋਈ ਵੀ ਉਹ ਪਾਈਪ, ਠੀਕ ਹੈ। ਅੱਛਾ ਇਹ ਜਿਹੜੀ ਸੀਵਰ ਦੀ ਪਾਈਪਾਂ ਪਾਈਆਂ ਵੀ ਨੇ, ਇਹ ਕੋਈ ਖਾਸ ਇੰਨੇ ਕੋਈ ਵਧੀਆ ਪ੍ਰਬੰਧ ਨਾਲ ਨਹੀਂ ਪਾਈਆਂ ਇਹ ਤਾਂ ਕੋਈ ਬਸ ਠੀਕ ਆ ਪਾ ਗਏ, ਉਦੋਂ ਨਹੀਂ ਪਤਾ ਸੀ ਲੋਕਾਂ ਨੂੰ, ਕੋਈ ਕਹਿਣ ਵਾਲਾ ਹੈ ਨਹੀਂ ਜੀ, ਪਰ ਤੁਹਾਨੂੰ ਪਤਾ ਹੀ ਆ ਰਾਜਨੀਤੀ ਦੇ ਲੀਡਰ, ਹਾਂ ਉਦੋਂ ਐ ਲੋਕਾਂ ਨੂੰ ਚਾਹ ਸੀਗਾ ਵੀ ਚੱਲ ਸੀਵਰੇਜ ਪਿਆ, ਪਰ ਇੰਨੀ ਜਾਣਕਾਰੀ ਹੈ ਨਹੀਂ ਸੀ, ਹਾਂ ਜਦੋਂ ਸੀਵਰੇਜ ਭਰ ਜਾਂਦਾ ਜਿੱਥੋਂ ਕਿਤੋਂ ਮਤਲਬ ਇਹ ਸੀਵਰੇਜ ਦੀ ਪਾਈਪ ਕਿਤੋਂ ਲੀਕ ਹੁੰਦੀ ਆ, ਉਹ ਖਿੱਚਦੀ ਆ ਪਾਣੀ, ਵਾਟਰ ਸਪਲਾਈ ਵਾਲੀ ਪਾਈਪ, ਮੋਟਰਾਂ ਲੱਗੀਆਂ ਘਰ ਘਰ ਲੱਗੀਆਂ, ਅੱਜ ਕੱਲ ਮੋਟਰ ਤੋਂ ਬਿਨਾਂ ਤਾਂ ਪਾਣੀ ਆਉਂਦਾ ਹੀ ਨਹੀਂ, ਟੁੱਲੂ ਪੰਪ ਤੋਂ ਬਿਨਾਂ ਉਹ ਖਿੱਚ ਲੈਂਦੀ ਆ ਪਾਣੀ, ਵਿੱਚ ਆਉਂਦਾ ਪਾਣੀ ਉਹਦੇ ਸੀਵਰੇਜ, ਉਹ ਵੀ ਆਉਂਦਾ, ਨਾ ਤਾਂ ਸੀਵਰੇਜ ਦਾ ਕੋਈ ਹੱਲ ਹੋਇਆ ਤੇ ਨਾ ਹੀ ਵਾਟਰ ਸਪਲਾਈ ਵਾਲੀ ਪਾਈਪ, ਨਗਰ ਦੇ ਕੰਮ ਕਰਨ ਵਾਸਤੇ ਐਮਸੀ ਚੁਣਦੇ ਆ ਜੀ, ਪਰ ਕਹਿ ਲਈ ਆਪਾਂ ਨਾ ਵਧੀਆ ਬੰਦੇ ਹੋਣ ਨਾਲ, ਹਾਂ ਪੂਰਾ ਫੁੱਲ ਆ ਜੀ ਸਾਡਾ ਜੀ, ਅਸੀਂ ਬਹੁਤ ਪਹਿਲਾਂ ਵੀ ਬੇਨਤੀ ਕੀਤੀ ਸੀਗੀ ਪਰ ਮੰਨੀ ਨਹੀਂ ਸਾਡੀ ਕਿਸੇ ਨੇ ਸੁਣੀ ਨਹੀਂ, ਸਾਨੂੰ 10 ਤਰੀਕ ਦਿੱਤੀ ਗਈ, ਅਸੀਂ 11 ਜਵਾਬ ਛੱਡ ਗਿਆ ਜੀ, 12 ਦਾ ਲਾਇਆ ਜੀ ਧਰਨਾ, ਉਹ ਇਹ ਸਰਕਾਰਾਂ ਤਾਂ ਕਹਿੰਦੀਆਂ ਸਾਡੀ ਕੋਈ ਸੁਣਵਾਈ ਨਹੀਂ, ਸਫਾਈ ਹੋਵੇ ਇਹਨੇ ਚਪੁਰ, ਸਾਡੀ ਕੋਈ ਸੁਣਵਾਈ ਨਹੀਂ ਹੁੰਦੀ, ਅਸੀਂ ਤਾਂ ਆਪਦੇ ਘਰ ਦੀ ਸਫਾਈ ਰੱਖੋ, ਹੈ ਆਪਦੇ ਬਾਹਰ ਸਫਾਈ ਰੱਖੋ, ਦਰਖਤ ਲਓ, ਐਂ ਕਰੋ ਜੋ
ਜਾ ਕੇ ਦੇਖੋ ਉੱਥੇ, ਜੇ ਤੁਸੀਂ ਜਾ ਕੇ ਦੇਖੋ ਤੁਸੀਂ ਆਖੋ ਯਾਰ ਇੱਥੇ ਤੁਸੀਂ ਕਿਵੇਂ ਰਹਿਣ ਵਾਸਤੇ ਮਜਬੂਰ ਹੋਏ ਹੋਏ ਆ ਗੰਦ ਦੇ ਵਿੱਚ, ਘੱਟੋ ਘੱਟ ਸਾਲ ਭਰ ਹੋ ਗਿਆ ਬੱਚਿਆਂ ਨੂੰ ਤਾਂ ਸਕੂਲ ਚ, ਕਹਿੰਦੇ ਖਾਣਾ ਸਾਫ਼ ਮਿਲੇ, ਸਫਾਈ ਹੋਵੇ ਉਹਨਾਂ ਦੀ, ਬੱਚਿਆਂ ਦੀ ਸਕੂਲ ਸਾਫ਼ ਹੋਵੇ, ਤੇ ਜਦੋਂ ਉਹ ਬੱਚੇ ਤੁਰ ਕੇ ਸਕੂਲ ਚ ਜਾਂਦੇ ਹੈਗੇ ਤੇ ਗੰਦੇ ਪਾਣੀ ਦੇ ਵਿੱਚ ਜੀ ਲੰਘਦੇ ਆ, ਉਹਦਾ ਕੀ ਹੱਲ ਕਰੂ ਸਰਕਾਰ? ਉਹ ਹੁਣ ਐ ਤਾਂ ਹੈ ਨੀ ਵੀ ਨਾਲੀ ਤਾਂ ਹੈ ਨੀ, ਅੱਗੇ ਨਾਲੀਆਂ ਹੁੰਦੀਆਂ ਸੀ ਆਪ ਹੀ ਸਾਫ਼ ਕਰ ਦਿੰਦੇ ਸੀ, ਪਰ ਹੁਣ ਉਹ ਕੰਮ ਤਾਂ ਹੈ ਨੀ। ਫੁਹਾਰਾ ਚੌਂਕ ਵਿਚ ਤੇ ਬਾਈਆਂ ਨੇ ਧਰਨਾ ਲੱਗਿਆ ਹੋਇਆ ਤੇ ਕਹਿੰਦੇ ਲਗਾਤਾਰ ਅਸੀਂ ਏਦਾਂ ਹੀ ਧਰਨਾ ਲਾ ਕੇ ਰੱਖਾਂਗੇ, ਜੇ ਸਾਡੀ ਮੰਗ ਪੂਰੀ ਨਾ ਹੋਈ ਤੇ ਡਟੇ ਰਹਿਣਗੇ। ਤੇ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ।